आज ना जल्दी आ जाओ। तुम गाली किन्ना टाइम लाता ही बाद फिर नमन भी वेट करता रहा पुछता रहा मैं कदों आना पापा ने कदों आना। हाँ, छेती आज को कोई नहीं। ठीक है नाले वाली कुछ खाने ले आयो। तजिंदर ड्यूटी चले मैं दवाई ले आई फट के। जब एक मम्मी की कहन दे। अच्छा और सच मम्मी ने दवाई मंगानी ही मैंने चेता आ गया वो कहन दे ना। चल जा स्लिप फट के लिया फिर मैं निकल लगा। अच्छा ले स्लिप दे मम्मी जी मैं क्या उन्हें आंदे आंदे ले आएंगे दिनी। ले फड़ा यार आ स्लिप जे तो जिंदर दस दिन दी ले आवी। अच्छा चलो ठीक है ले आऊंगा। हां ठीक है मैं निकल लगा। ठीक चंगा। लत नूं की हो गया वा आए संदीप जे वेली होगी तो आई मेरी गल सुनी। हाँ जी होनी मम्मी जी। हाँ जी मम्मी जी। कौन है मैं लत नूं पता नहीं की हो गया खलोते खलोते आए घुट दे माड़ी जी। मैं घुट देनी है। अनमोल की करन दई आ फोन सुन दी पई आ जदों फोन सुन दी उदों घर दे काम सारे उत्थे ही रह जांदे आ। कोई गल नहीं मम्मी जी फोन सुनना भी तो जरूरी आ इन्नी दूर उन्हें फोन किया वा बाद चौदा नहीं टाइम लगता होना फोन करन दा सवेर सवेर कर दिंदा वो तो संदीप है ही आ पर काम भी तो करना हुंदा ना जा वेख जे होगी वेली तो उन्हें कह भी मेरे ना कपड़े धवा दे। चलो मैं वेखदी आ। ਚੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਬਹੁਤ ਹੀ ਅਮੇਜ਼ਿੰਗ ਟ੍ਰੇਡਿੰਗ ਪਲੇਟਫਾਰਮ ਦੇ ਬਾਰੇ ਜਿਹਦਾ ਨਾਮ ਆ ਬਿਨੋਮੋ। ਇਹ ਐਪ ਤੁਹਾਨੂੰ ਪਲੇ ਸਟੋਰ ਅਤੇ ਐਪਲ ਸਟੋਰ ਦੋਨਾਂ 'ਤੇ ਮਿਲ ਜਾਊਗੀ ਅਤੇ ਇਸ ਐਪ ਦੇ ਵਿੱਚ ਤੁਸੀਂ ਅਲੱਗ ਅਲੱਗ ਐਸੈਟਸ 'ਤੇ ਟ੍ਰੇਡ ਕਰ ਸਕਦੇ ਜੀ ਜਿੱਦਾਂ ਕਿ ਗੋਲਡ ਫੋਰਨ ਕਰੰਸੀਜ਼ ਜਿੱਦਾਂ ਕਿ US ਡੋਲਰ ਅਤੇ ਜਾਂ ਫਿਰ ਯੂਰੋਜ਼। ਇਸ ਐਪ 'ਤੇ ਸਭ ਤੋਂ ਪਹਿਲਾਂ ਤੁਹਾਨੂੰ ਐਸੈਟ ਸਿਲੈਕਟ ਕਰਨਾ ਪਊਗਾ ਅਤੇ ਫਿਰ ਤੁਹਾਨੂੰ ਫੋਰਕਾਸਟ ਕਰਨਾ ਪਊਗਾ। ਫੋਰਕਾਸਟ ਜਾਂ ਤਾਂ ਉੱਪਰ ਜਾਊਗਾ ਅਤੇ ਜਾਂ ਫਿਰ ਨੀਚੇ ਜਾਊਗਾ। ਰੁਕੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਿੱਦਾਂ ਮੈਂ ਇੱਥੇ 700 ਰੁਪਈਆ ਲਗਾਇਆ ਟ੍ਰੇਡ ਅੱਪ 'ਤੇ ਹੁਣ ਵੇਖਦੇ ਹਾਂ ਕੀ ਹੁੰਦਾ ਆ। ਲਓ ਜੀ ਮੇਰਾ ਜਿਹੜਾ ਫੋਰਕਾਸਟ ਸੀ ਉਹ ਬਿਲਕੁਲ ਸਹੀ ਹੋਇਆ। ਹੁਣ ਇਹ ਜਿਹੜਾ ਅਮਾਊਂਟ ਹੈ ਇਹ ਤੁਸੀਂ ਆਪਣੇ ਬੈਂਕ ਅਕਾਊਂਟ ਵਿੱਚ ਵਿਦਡਰੋ ਕਰ ਸਕਦੇ ਜੇ 24 ਘੰਟੇ ਦੇ ਅੰਦਰ ਅੰਦਰ। ਪਰ ਇੱਕ ਗੱਲ ਦਾ ਖਿਆਲ ਰੱਖਿਓ ਇਹਦੇ ਵਿੱਚ ਤੁਹਾਨੂੰ ਲੋਸ ਵੀ ਹੋ ਸਕਦਾ ਆ ਇਸ ਕਰਕੇ ਥੋੜ੍ਹਾ ਜਿਹਾ ਧਿਆਨ ਨਾਲ। ਇੱਥੇ ਤੁਸੀਂ ਘੱਟ ਤੋਂ ਘੱਟ 350 ਰੁਪਏ ਦਾ ਟ੍ਰੇਡ ਕਰ ਸਕਦੇ ਜੇ ਅਤੇ ਜੇ ਤੁਸੀਂ ਮੇਰਾ ਪ੍ਰੋਮੋ ਕੋਡ ਯੂਜ਼ ਕਰਦੇ ਜੇ ਤਾਂ ਤੁਹਾਨੂੰ ਮਿਲੇਗਾ 350 ਦਾ ਡਬਲ ਯਾਨੀ ਕਿ 700 ਰੁਪਈਆ। ਅਤੇ ਵੇਟ ਕਿਸ ਗੱਲ ਦੀ ਕਰਦੇ ਪਏ ਜੇ ਹੁਣੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ 'ਤੇ ਜਾ ਕੇ ਕਲਿੱਕ ਕਰੋ ਅਤੇ ਡਾਊਨਲੋਡ ਕਰੋ ਬਿਨੋਮੋ ਐਪ। ਜੇ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰਦੇ ਜੇ ਤਾਂ ਤੁਹਾਨੂੰ ਤੁਹਾਡੇ ਡੈਮੋ ਅਕਾਊਂਟ ਦੇ ਵਿੱਚ ਮਿਲਣਗੇ 65,000 ਰੁਪਈਏ ਟ੍ਰੇਨਿੰਗ ਵਾਸਤੇ। ਅਤੇ ਫਿਰ ਹੁਣੇ ਡਾਊਨਲੋਡ ਕਰੋ ਬਿਨੋਮੋ ਐਪ। ਉਹ ਤਾਂ ਅਜੇ ਫੋਨ 'ਤੇ ਲੱਗੀ ਹੈ ਤਾਂ ਕੋਈ ਗੱਲ ਨਹੀਂ ਉਹਨੂੰ ਕਰ ਲੈਂਦੇ ਗੱਲ ਅਤੇ ਮੈਂ ਆਪੇ ਕੱਪੜੇ ਧੋ ਲੈਂਦੀ ਹਾਂ। ਚੱਲ ਜਾ ਫਿਰ ਧੋ ਲਾ ਤੂੰ ਵੀ। ਹਾਂਜੀ ਅਤੇ ਮੈਂ ਨਾ ਘੜੀ ਘਰ ਮਾਨ ਕਰ ਲਾਂ ਅਤੇ ਮੁੰਡਿਆਂ ਜਦੋਂ ਟਾਈਮ ਹੋ ਜਾਊਗਾ ਨਾ ਸਕੂਲੋਂ ਲਿਆਉਣ ਦਾ ਤਾਂ ਮੈਨੂੰ ਠਾ ਦੀ ਮਾੜਾ ਜਿਹਾ ਪਹਿਲਾਂ। ਠੀਕ ਹੈ ਮੈਂ ਤੁਹਾਨੂੰ ਪਹਿਲਾਂ ਠਾਲ ਦਾਂਗੀ। ਆਹੋ ਜਾ ਧੋ ਲਾ ਤੂੰ ਵੀ ਕੱਪੜੇ। ਹਾਂਜੀ ਕਰ ਲਓ ਤੁਸੀਂ ਆਰਾਮ। ਖਾਣਾ ਖਾਧਾ ਸਕੂਲੇ? ਖਾਧਾ ਹੈ। ਓਕੇ।
ਕੀ ਕੀਤੀ ਸਟੱਡੀ? ਮੰਮਾ ਇਹ ਸਕੂਲ ਕਲੀ ਲੈ ਸਟੱਡੀ ਕੀਤੀ ਹੋਰ ਕੀ ਕਰਨਾ ਵਾ? ਪਲੇ ਨਹੀਂ ਕਰਾਇਆ ਟੀਚਰ ਨੇ? ਮੰਮਾ ਕਰਾਇਆ ਹੀ ਪਲੇ ਤੇ। ਓਕੇ ਕਰਾਇਆ ਹੀ, ਠੀਕ ਆ। ਚਲ ਡਰੈਸ ਚੇਂਜ ਕਰਕੇ ਨਾ ਖਾਣਾ ਖਾਣੇ ਪਾ, ਠੀਕ ਆ? ਓਕੇ। ਓਏ ਇੰਨੀ ਮਸਤੀ ਡਿੱਗ ਜਾਇਆ ਥੱਲੇ ਭਰਾਵਾ। ਚਲ ਇਹ ਕੀ ਛੇ ਅਰੇ ਡਰੈਸ ਚੇਂਜ ਕਰ ਲਈ ਫਿਰ ਖੇਡਦੇ ਆ, ਠੀਕ ਆ? ਅੱਜ ਤੇ ਇੰਨੀ ਗਰਮੀ ਹੈ ਬਾਹਰ, ਬਹੁਤ ਜ਼ਿਆਦਾ। ਇੱਥੇ ਬਿਲਟੇ ਜੇ ਲਾਈਟ ਨਹੀਂ ਆਉਂਦੀ ਸਵੇਰ ਦੀ? ਲਾਈਟ ਆਈ ਨਹੀਂ ਸਵੇਰ ਦੀ, ਬੰਦ ਹੋਈ ਆ। ਉਹ ਲਾਈਟ ਤੇ ਜ਼ਿਆਦਾ ਕੱਟ ਲੱਗਣ ਲੱਗ ਪਿਆ, ਬਹੁਤ ਜ਼ਿਆਦਾ ਲੱਗਦੇ, ਉਤੋਂ ਗਰਮੀ ਇੰਨੀ ਆ। ਸੰਦੀਪ ਪਾਣੀ ਲਿਆ ਯਾਰ, ਇੱਕ ਗਲਾਸ ਠੰਡਾ ਜਿਹਾ ਲਿਆਈ। ਆ ਲੈ ਪਾਣੀ ਪੀ ਲਓ, ਤੁਸੀਂ ਚੇਂਜ ਕਰ ਲਓ। ਮੈਂ ਨਾ ਰੋਟੀ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ। ਨਹੀਂ ਨਹੀਂ ਰੋਟੀ ਨਹੀਂ, ਮੈਂ ਨਾ ਥੋੜ੍ਹਾ ਜਿਹਾ ਬਾਹਰ ਚੱਲਿਆ ਅੱਜ। ਮੈਂ ਸੋਚਣਾ ਸੀ ਗਰਮੀ ਵਾਲੀਆਂ ਟੀ ਸ਼ਰਟਾਂ ਲਿਆਵਾਂ ਦੋ ਤਿੰਨ। ਅੱਛਾ ਅੱਛਾ, ਤੇ ਤੂੰ ਲੈਣਾ ਕੋਈ ਸੂਟ ਸਾਟ ਗਰਮੀ ਵਾਲਾ? ਨਹੀਂ ਮੈਂ ਤਾਂ ਨਹੀਂ ਕੋਈ ਲੈਣਾ, ਮੇਰੇ ਕੋਲ ਤਾਂ ਅਜੇ ਪਹਿਲੇ ਪਏ ਆ, ਫਿਰ ਵੀ ਆ ਚੱਲ ਜਾਂਦਾ ਪਿਆ ਪਿਆ ਦਾ। ਅੱਛਾ ਅੱਛਾ, ਮੰਮੀ ਜੀ ਤੁਸੀਂ? ਨਹੀਂ ਮੇਰੇ ਕੋਲ ਬਹੁਤ ਸੂਟ ਪਏ ਆ। ਅੱਛਾ, ਤੇ ਉਹਨੂੰ ਅਨਮੋਲ ਨੂੰ ਪੁੱਛ ਲੈਣਾ ਸੀਗਾ ਜੇ ਉਹਨੇ ਲੈਣਾ ਕੋਈ ਤਾਂ। ਪੁੱਛ ਲੈਣੇ ਅਨਮੋਲ। ਹਾਂਜੀ ਦੀਦੀ, ਗਰਮੀ ਵਾਸਤੇ ਸੂਟ ਲੈਣੇ ਤੂੰ? ਹਾਂਜੀ, ਮੈਂ ਸੂਟ ਤਾਂ ਲੈਣਾ ਸੀ ਪਰ ਹਾਲੇ ਉਹਨਾਂ ਨੇ ਬਾਹਰੋਂ ਪੈਸੇ ਹੀ ਨਹੀਂ ਭੇਜੇ। ਅੱਛਾ, ਚਲ ਕੋਈ ਨਹੀਂ, ਤੇਜਿੰਦਰ ਤੂੰ ਦੇ ਦੇ ਉਹਨੂੰ ਪੈਸੇ, ਆਪੇ ਕਿਸੇ ਦਿਨ ਜਾ ਕੇ ਤੇ ਲਿਆਊਗੀ ਸੂਟ ਫਿਰ। ਚਲੋ ਕੋਈ ਗੱਲ ਨਹੀਂ, ਮੈਂ ਦੇ ਦੂੰਗਾ। ਹਾਂ 5,000 ਦੇ ਦਿੰਦਾ ਵਾ, ਤੂੰ ਲੈ ਆਈ ਕੋਈ ਗੱਲ ਨਹੀਂ ਕਿਸੇ ਦਿਨ ਜਾ ਕੇ। ਚਲ ਬੈਠੋ, ਮੈਂ ਰੋਟੀ ਲੈ ਕੇ ਆਉਂਦੀ ਹਾਂ। ਚੱਲ ਲਿਆ ਦੇ ਫਿਰ, ਮੈਂ ਰੋਟੀ ਖਾ ਕੇ ਜਾਂਦਾ ਯਾਰ। ਮੰਮੀ ਮੈਂ ਸੋਚਣ ਡੀ ਸੀ ਮੈਂ 4 ਦਿਨ ਪੇਕਿਓ ਆਵਾਂ, ਨਾਲੇ ਵੀਰ ਜੀ ਨੂੰ ਨਾਲ ਲੈ ਕੇ ਕੱਪੜੇ ਬਣਾ ਲਿਆਉਂਗੀ। ਅਨਮੋਲ ਕੱਪੜੇ ਲੈਣ ਤੇ ਮੈਂ ਤੇਰੇ ਨਾਲ ਚੱਲ ਜਾਂਦੀ ਪਰ ਗਰਮੀ ਬੜੀ ਆ। ਹਾਂਜੀ, ਨਾਲੇ ਤੈਨੂੰ ਪਤਾ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਹੁਣ। ਹਾਂਜੀ ਮੰਮੀ, ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਨਾਲੇ ਮੈਂ ਵੀਰ ਜੀ ਨੂੰ ਮਿਲ ਲਾਉਂਗੀ 4 ਦਿਨ। ਆਹੋ ਚੱਲ ਕੋਈ ਨਹੀਂ, ਜਾ ਆ ਫਿਰ। ਹਾਂਜੀ ਮੈਂ ਆਪਣੇ ਕੱਪੜੇ ਪੈਕ ਕਰ ਲਾਂ ਫਿਰ। ਠੀਕ ਆ। ਮੰਮੀ ਜੀ। ਹਾਂ ਮੰਮੀ ਦਾ ਫੋਨ ਆਇਆ ਹੈਗਾ ਤੇ ਉਹ ਆਉਣ ਲੱਗੇ ਨੇ, ਮੰਮੀ ਤੇ ਭਰਾ ਆਉਣ ਲੱਗਾ। ਅੱਛਾ, ਭਰਾ ਕਦੋਂ ਦਾ ਆਇਆ ਬਾਹਰੋਂ? 2-3 ਦਿਨ ਹੋ ਗਿਆ ਇਹਨੂੰ। ਅੱਛਾ, ਤੇ ਚੱਲ ਫਿਰ ਕੰਮ ਕੁੰਮ ਨਿਬੇੜ ਲਾ, ਫਿਰ ਉਹਨਾਂ ਨੇ ਆ ਜਾਣਾ ਵਾ ਤੇ ਉਹ ਅਨਮੋਲ ਵੀ ਹੈ ਨਹੀਂ ਘਰ। ਕੋਈ ਗੱਲ ਨਹੀਂ, ਮੈਂ ਕਰ ਲੈਂਦੀ ਇਕੱਲੀ। ਆਹੋ, ਨਹੀਂ ਤੇ ਮੈਂ ਹੀ ਤੇਰੇ ਨਾਲ ਕਰਾ ਦਿੰਦੀ, ਤੈਨੂੰ ਪਤਾ ਮੇਰੇ ਤੇ ਲੱਤ ਬੜੀ ਦੁਖਣ ਡਈ। ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਆਰਾਮ ਕਰੋ, ਮੈਂ ਕਰ ਲੈਂਦੀ ਹਾਂ। ਅੱਛਾ, ਲੱਗਦਾ ਵੀਰ ਹੁਣੀ ਆ ਗਏ ਆ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਸੰਦੀਪ? ਠੀਕ ਹੈ, ਆ ਜਾ ਆ ਜਾ। ਮੰਮੀ ਜੀ, ਉਹ ਭਰਾ ਤਾਂ ਮੰਮੀ ਆ ਗਏ ਨੇ ਡਰਾਇੰਗ ਰੂਮ 'ਚ, ਬੈਠੇ ਆ ਜਾਓ ਤੁਸੀਂ ਵੀ। ਹਾਂਜੀ ਸੰਦੀਪ, ਕਾਕਾ ਕਿੱਥੇ ਆ? ਮੰਮੀ ਉਹ ਸਕੂਲ ਗਿਆ ਨਾ ਤੇ ਆਉਂਦਾ ਹੀ ਸੌ ਗਿਆ, ਥੱਕ ਜਾਂਦਾ ਵਿਚਾਰਾ ਸਕੂਲੇ, ਗਰਮੀ ਬਹੁਤ ਹੈ ਇੱਕ। ਉਹ ਤੇ ਇਹ ਤੇ ਹੈ ਆ, ਗਰਮੀ ਬੜੀ ਆ, ਨਿਆਣਾ ਥੱਕ ਜਾਂਦਾ ਹੋਣਾ। ਹਾਂਜੀ, ਚਲੋ ਤੁਸੀਂ ਬਹੋ ਇੱਥੇ ਸਾਰੇ ਜਾਣੇ, ਮੈਂ ਨਾ ਸਾਹਿਬ ਨੂੰ ਠਾਲ ਕੇ। ਨਾ ਪੁੱਤ, ਰਹਿਣ ਦੇ, ਨਿਆਣੇ ਦੀ ਨੀਂਦ ਨਹੀਂ ਖਰਾਬ ਕਰੀ ਦੀ, ਸੌਂ ਲੈਣ ਦੇ। ਚਲ ਕੋਈ ਗੱਲ ਨਹੀਂ, ਉੱਠ ਜਾ ਤੇ ਫਿਰ ਖੇਡ ਲਿਓ ਉਹਦੇ ਨਾਲ। ਹੋਰ ਪੁੱਤ, ਕਿੰਨੀ ਕੁ ਛੁੱਟੀ ਆਇਆ? ਛੁੱਟੀ ਤੇ ਮਾਸੀ ਜੀ ਹੁਣ ਲੰਬੀ ਆ,
ਬਾਕੀ 4 ਸਾਲ ਲਾ ਆਏ ਹਾਂ ਕੈਨੇਡਾ, ਵੇਖ ਲਈ ਆ ਕੈਨੇਡਾ ਦੀ ਲਾਈਫ ਵੀ, ਅਤੇ ਮੈਂ ਸੋਚਿਆ ਹੁਣ ਇੱਥੇ ਹੀ ਕੋਈ ਕਾਰੋਬਾਰ ਖੋਲਦੇ ਹਾਂ, ਨਾਲੇ ਮੰਮੀ ਹੋਣਾਂ ਦੇ ਲੱਗ ਵੀ ਕੋਈ ਸਹਾਰਾ ਚਾਹੀਦਾ ਨਾ। ਆਹੋ ਪੁੱਤ, ਗੱਲ ਤਾਂ ਤੇਰੀ ਸਹੀ ਆ। ਮਾਸੀ ਤਜਿੰਦਰ ਭਾਈ ਨੇ ਕਦੋਂ ਆਉਣਾ? ਉਹਨੇ ਤਾਂ ਪੁੱਤ ਲੇਟ ਹੀ ਆਉਣਾ ਵਾ, ਹਨੇਰਾ ਹੀ ਹੋ ਜਾਂਦਾ ਉਹਨੂੰ ਤਾਂ ਆਉਂਦਿਆਂ ਆਉਂਦਿਆਂ। ਚਲੋ ਕੋਈ ਨਹੀਂ ਮਾਸੀ ਜੀ, ਜੇ ਤਾਂ ਸਾਡੇ ਹੁੰਦੇ ਹੁੰਦੇ ਆ ਭਾਅ ਜੀ ਆ ਜਾਣਗੇ ਅਤੇ ਮਿਲ ਲਵਾਂਗੇ। ਸੱਚ ਜਿਹੜਾ ਕੰਮ ਜ਼ਰੂਰੀ ਸੀ ਉਹ ਰਹਿ ਚੱਲਿਆ ਸੀ, ਆਪਣੇ ਨਮਨ ਦੀ ਕੀਤੀ ਨਹੀਂ ਪੱਗ ਦੀ ਰਸਮ, ਅਤੇ ਉਦੋਂ ਮੇਰੇ ਕੋਲ ਪਹੁੰਚਿਆ ਨਹੀਂ ਗਿਆ ਇੱਥੇ। ਉਦੋਂ ਤੁਹਾਨੂੰ ਪਤਾ ਮੈਂ ਕੈਨੇਡਾ ਹਾਂ, ਅਤੇ ਕੈਨੇਡਾ ਤਾਂ ਆਉਣਾ ਵੀ ਕਿਹੜਾ ਸੌਖਾ ਪਿਆ ਆ, ਅਤੇ ਮੈਂ ਨਾ ਨੰਬਰ ਵਾਸਤੇ ਸ਼ਗਨ ਆ 2 ਲੱਖ ਰੁਪਈਆ। ਨਹੀਂ ਨਹੀਂ ਰਹਿਣ ਦਿਓ ਵੀਰੇ, ਇਹਦੀ ਕੀ ਲੋੜ ਹੈ। ਕੋਈ ਨਹੀਂ ਫੜ ਲਾ, ਕੋਈ ਗੱਲ ਨਹੀਂ, ਤੂੰ ਆ ਗਿਆ ਮਿਲਣੇ, ਇੰਨਾ ਹੀ ਬੜਾ ਵਾ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪਰਮਾਤਮਾ ਦਾ ਦਿੱਤਾ ਬਹੁਤ ਕੁਛ ਆ, ਰਹਿਣ ਦੇ ਨਾ। ਕੋਈ ਨਹੀਂ, ਨਾਲੇ ਤੇਰਾ ਵੀਰ ਕੈਨੇਡਾ ਸੀ। ਠੀਕ ਹੈ, ਚਲੋ ਤੁਸੀਂ ਬੈਠੋ, ਮੈਂ ਨਾ ਚਾਹ ਲੈ ਕੇ ਆਉਂਦੀ ਹਾਂ। ਨਾਲੇ ਆ ਭੈਣ ਜੀ ਤੁਹਾਡੇ ਵਾਸਤੇ ਕੱਪੜੇ, ਅਤੇ ਆ ਅਨਮੋਲ ਤੇਰੀ ਦਰਾਣੀ ਵਾਸਤੇ, ਅਤੇ ਆ ਸੰਦੀਪ ਤੇਰੇ ਵਾਸਤੇ ਆ। ਠੀਕ ਹੈ, ਲੈ ਭੈਣ ਜੀ, ਇੰਨਾ ਖਰਚਾ ਕਰਨ ਦੀ ਤੁਹਾਨੂੰ ਕੀ ਲੋੜ ਸੀ। ਕੋਈ ਗੱਲ ਨਹੀਂ ਭੈਣ ਜੀ, ਧੀਆਂ ਨੇ ਤਾਂ ਤੁਹਾਨੂੰ ਪਤਾ ਦਿੱਤਾ ਨਹੀਂ ਜਾਂਦਾ, ਆਨੇ ਬਹਾਨੇ ਕੋਈ ਦਿੱਤੀ ਜਾਂਦੀ ਚੀਜ਼। ਨਾਲੇ ਭੈਣ ਆ ਜਿਹੜਾ 2 ਲੱਖ ਰੁਪਈਆ ਨਾ, ਇਹ ਨੰਬਰ ਦੇ ਨਾਂ 'ਤੇ ਜਮ੍ਹਾਂ ਕਰਾ ਦੇ, ਕਿਤੇ ਗਾਂ ਕਿਤੇ ਇਹਦੇ ਕੰਮ ਹੀ ਆ ਜਾਏਗਾ। ਠੀਕ ਆ ਵੀਰੇ, ਚਲੋ ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਭੈਣ ਰੋਟੀ ਬੜੀ ਸਵਾਦ ਸੀ, ਸਵਾਦ ਸਵਾਦ ਸਵੇ ਵੱਧ ਖਾ ਗਏ ਹਾਂ। ਅੱਛਾ ਚਲੋ ਰੁਕੋ, ਮੈਂ ਚਾਹ ਬਣਾ ਕੇ ਲਿਆਉਣੀ ਘੁੱਟ ਘੁੱਟ। ਨਹੀਂ ਨਹੀਂ, ਚਾਹ ਨਹੀਂ ਪੀਣੀ ਹੈਗੀ ਹੁਣ ਆਪਾਂ, ਅਤੇ ਆਪਣਾ ਨੰਬਰ ਤਾਂ ਉੱਠਿਆ ਨਹੀਂ ਆ। ਪੁੱਤ ਜਾਣ ਵਾਲੀ ਚਾਹ ਤਾਂ ਪੀਣੀ ਹੀ ਪੈਣੀ ਨਾ, ਘੁੱਟ ਘੁੱਟ। ਨਹੀਂ ਨਹੀਂ ਮਾਸੀ ਜੀ, ਕੋਈ ਗੱਲ ਨਹੀਂ, ਮੈਂ ਨੰਬਰ ਤਾਂ ਉੱਠਿਆ ਨਹੀਂ, ਆਪ ਹੀ ਮਿਲ ਆਉਂਦੇ ਉੱਥੇ ਜਾ ਕੇ। ਹੈ ਚਲੋ, ਉੱਥੇ ਮਿਲ ਸਕੋਗੇ। ਹਾਂਜੀ ਜੀ। ਸੁੱਤਾ ਜੀ, ਚਲੋ ਹੁਣ ਠਾ ਨਾ ਦਿਓ, ਅਤੇ ਆਪਾਂ 1-2 ਦਿਨ ਤੱਕ ਫਿਰ ਆ ਜਾਵਾਂਗੇ, ਉਦੋਂ ਮਿਲ ਲਵਾਂਗੇ, ਖੇਡ ਖੁੱਡ ਲਵਾਂਗੇ ਇਹਦੇ ਨਾਲ। ਆਹੋ ਪਤਾ, ਕੱਚੀ ਨਹੀਂ ਹੁੰਦੇ ਨੀ ਬੱਚੇ ਨੂੰ ਉਠਾ ਲਈ, ਫਿਰ ਰੋਏਗਾ, ਉੱਠ ਕੇ ਫਾਇਦਾ ਕੀ ਆ। ਫਿਰ ਆ ਜਾਵਾਂਗੇ। ਚਲੋ ਕੱਲ੍ਹ ਪਰਸੋਂ ਫਿਰ ਆ ਜਾਵਾਂਗੇ। ਚੱਲ ਸਾਨੂੰ ਗੱਡੀ ਇੱਧਰ ਲੈ ਆ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਪਿਛਲੀ ਸਾਡੀ ਜਿਹੜੀ ਵੈੱਬ ਸੀਰੀਜ਼ ਸੀਗੀ ਉਹਦਾ ਅਸੀਂ ਦਾ ਐਂਡ ਕਰ ਦਿੱਤਾ ਆ, ਮਾਵਾਂ ਦਾ ਲੇਖਾ ਜੋਖਾ ਦਾ 10ਵੇਂ ਪਾਰਟ ਵਿੱਚ। ਅਤੇ ਸਾਰਿਆਂ ਦੇ ਤੁਹਾਡੇ ਕਮੈਂਟ ਪੜੇ ਸੀਗੇ, ਅਤੇ ਜ਼ਿਆਦਾਤਰ ਜਿਹੜੇ ਕਮੈਂਟ ਸੀ ਉਹ ਇਹੀ ਸੀਗੇ ਕਿ ਭਾਅ ਜੀ ਤੁਸੀਂ ਕਮੈਂਟ, ਭਾਅ ਜੀ ਤੁਸੀਂ ਐਂਡ ਚੰਗਾ ਨਹੀਂ ਕੀਤਾ, ਭਾਅ ਜੀ ਤੁਸੀਂ ਐਂਡ ਚੰਗਾ ਨਹੀਂ ਕੀਤਾ, ਐਂਡ ਹੋਰ ਵਧੀਆ ਹੋਣਾ ਚਾਹੀਦਾ ਸੀਗਾ। ਐਂਡ ਨਾ ਅਸਲ ਵਿੱਚ ਇਸ ਸਟੋਰੀ ਦਾ ਅਸੀਂ ਲਿਖਿਆ ਕਿਸੇ ਹੋਰ ਤਰੀਕੇ ਨਾਲ ਸੀਗਾ, ਅਤੇ ਉਹ ਪਰ ਕੁਝ ਇੱਦਾਂ ਦੀ ਕੋਈ ਪਰਸਨਲ ਪ੍ਰੋਬਲਮ ਪੈ ਗਈ, ਇਹੋ ਜਿਹੀ ਕੋਈ ਮਜਬੂਰੀ ਸੀਗੀ ਜਿਹਦੇ ਕਰਕੇ ਸਾਨੂੰ ਐਂਡ ਜਿਹੜਾ ਥੋੜ੍ਹਾ ਜਿਹਾ ਮੋਲਡ ਕਰਨਾ ਪੈ ਗਿਆ। ਅਤੇ ਬਾਕੀ ਜੇ ਤੁਸੀਂ ਮੰਨ ਲਓ ਇੰਨੇ ਕਮੈਂਟ ਕੀਤੇ ਆ, ਅਤੇ ਤੁਹਾਡੇ ਕਮੈਂਟਾਂ ਦੀ ਅਸੀਂ ਵੀ ਬਹੁਤ ਜ਼ਿਆਦਾ ਕਦਰ ਕਰਦੇ ਹਾਂ। ਅਤੇ ਜੇ ਤੁਸੀਂ ਚਾਹੁੰਦੇ ਜੇ ਕਿ ਜੇ ਮਾਵਾਂ ਦਾ ਲੇਖਾ ਜੋਖਾ ਜਿਹੜੀ ਆ ਇਹਦਾ ਅਸੀਂ ਸੀਜ਼ਨ 2 ਲੈ ਕੇ ਆਵਾਂਗੇ, ਸੀਜ਼ਨ 2 ਲੈ ਕੇ ਆਈਏ, ਉਹਦੇ ਵਿੱਚ ਫਿਰ ਪੂਰਾ ਮਤਲਬ ਕਿ 9 ਪੁੱਤਾਂ ਦੇ ਨਾਲ ਕਿੱਦਾਂ ਕਿੱਦਾਂ ਹੋਈ, ਫਿਰ ਉਹ ਕਿੱਦਾਂ ਜਾ ਕੇ ਵਸੇ, ਉਹ ਸਾਰਾ ਕੁਝ ਡਿਟੇਲ ਵਿੱਚ ਦਿਖਾਇਆ ਜਾਊਗਾ। ਮਾਂ ਦਾ ਵੀ ਲਾਸ਼ 'ਤੇ ਪੂਰਾ ਡਿਟੇਲ ਵਿੱਚ ਦਿਖਾਇਆ ਜਾਊਗਾ ਵੀ ਕੀ ਹਾਲ ਹੋਇਆ। ਇਹ ਮਤਲਬ ਕਿ ਬਣਾਉਣ ਦਾ ਕੋਈ ਵੈਸੇ ਪਲੈਨਿੰਗ ਨਹੀਂ ਸੀ, ਇਹ ਸਿਰਫ ਤੁਹਾਡੇ ਕਮੈਂਟਾਂ ਕਰਕੇ ਕਿ ਤੁਸੀਂ ਇੰਨੇ ਕਮੈਂਟ ਕੀਤੇ ਆ, ਅਤੇ ਸੰਦੀਪ ਨੇ ਅਤੇ ਮੈਂ ਦੋਵਾਂ ਨੇ ਸਲਾਹ ਕੀਤੀ ਕਿ ਆਪਾਂ ਨੂੰ ਇਹਦਾ ਸੀਜ਼ਨ 2 ਲੈ ਕੇ ਆਵਾਂਗੇ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹਦਾ ਆਪਾਂ ਸੀਜ਼ਨ 2 ਲੈ ਕੇ ਆਈਏ ਜਾਂ ਨਹੀਂ, ਜੇ ਤੁਸੀਂ ਕਹਿੰਦੇ ਜੀ ਤਾਂ ਜ਼ਰੂਰ ਲੈ ਕੇ ਆਵਾਂਗੇ। ਅਤੇ ਬਾਕੀ ਹੁਣ ਜਿਹੜਾ ਆਹ ਵਾਲਾ ਐਪੀਸੋਡ ਸਟਾਰਟ ਕਰਨ ਲੱਗਿਆ ਇਹ ਨਵੀਂ ਵੈੱਬ ਸੀਰੀਜ਼ ਆ, ਅਤੇ ਇਹਦੇ ਬਾਅਦ ਫਿਰ ਮਾਵਾਂ ਦਾ ਲੇਖਾ ਜੋਖੇ ਬਾਰੇ ਆਪਾਂ ਸਟੋਰੀ ਤਿਆਰ ਕਰਾਂਗੇ। ਫਿਲਹਾਲ ਤੁਸੀਂ ਇਸ ਵੈੱਬ ਸੀਰੀਜ਼ ਨੂੰ ਇੰਜੋਏ ਕਰੋ, ਇਹਦਾ ਹੁਣ ਅੱਜ ਪਹਿਲਾ ਐਪੀਸੋਡ ਤੁਸੀਂ ਦੇਖਣ ਜਾ ਰਹੇ ਜੇ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ।